ਔਰਤਾਂ ਦੀ ਸੁਰੱਖਿਆ ਲਈ ਜਿੰਨੇ ਮਰਜ਼ੀ ਕਾਨੂੰਨ ਬਣਾ ਲਏ ਜਾਣ, ਪਰ ਇਸ ਸਮਾਜ ਦੀ ਮਾਨਸਿਕਤਾ ਨਹੀਂ ਬਦਲ ਸਕਦੀ। ਔਰਤਾਂ ਪ੍ਰਤੀ ਅਪਰਾਧ ਦਿਨ ਬਰ ਦਿਨ ਵੱਧ ਰਹੇ ਹਨ। ਪਿਛਲੇ ਦਿਨ ਹੀ ਅੰਮ੍ਰਿਤਸਰ ਦੀ ਅਮਨਦੀਪ ਕੌਰ ਤੇ ਕੁਝ ਲੋਕਾਂ ਨੇ ਹਮਲਾ ਕਰਕੇ ਇੰਨੀ ਮਾਰਕੁੱਟ ਕੀਤੀ ਕਿ ਉਸਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਅਮਨਦੀਪ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਬਾਹਰ ਦੂਸਰੇ ਇਲਾਕੇ ਤੋਂ ਆਏ ਲੜਕੇ, ਜੋ ਕਿ ਮੁਹੱਲੇ ਵਿੱਚ ਆਏ ਦਿਨ ਗੁੰਡਾਗਰਦੀ ਕਰਦੇ ਹਨ, ਨੇ ਉਸ ਨਾਲ ਪੁਰਾਣੀ ਰੰਜਿਸ਼ ਦੇ ਚਲਦੇ ਉਸ ਨਾਲ ਮਾਰਕੁੱਟ ਕੀਤੀ। ਪੁਲਿਸ ਨੇ ਮਾਮਲਾ ਦਰਜ ਤਾਂ ਕੀਤਾ, ਪਰ ਗੁੰਡਾ ਆਂਸਰਾਂ ਤੇ ਰਾਜਨੀਤਿਕ ਗੱਠਜੋੜ ਕਾਰਨ ਅਮਨਦੀਪ ਤੇ ਉਸਦੇ ਪਰਿਵਾਰ ਤੇ ਵੀ ਝੂਠਾ ਮਾਮਲਾ ਦਰਜ ਕਰ ਦਿੱਤਾ। ਹੁਣ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਦੁਬਾਰਾ ਜਾਂਚ ਕਰ ਰਹੇ ਹਨ। ਘੰਟਾ ਹੋ ਗਿਆ ਸਾਨੂੰ ਥਾਣੇ ਨੂੰ, ਸਾਨੂੰ ਇਹ ਕੋਈ ਜਵਾਬ ਨਹੀਂ ਦੇਣ ਡੇ। ਥਾਣੇਦਾਰ ਕਹਿਣ ਡਿਆ ਵਾ ਅਮਨਜੋਤ ਕੌਰ ਕੋਲ ਹੈਗਾ ਵਾ, ਅਮਨਜੋਤ ਨਾ ਕੋਈ ਫੋਨ ਚੁੱਕਦੀ ਪਈ ਹੈ, ਨਾ ਸਾਡੀ ਕੋਈ ਇੱਥੇ ਸੁਣਾਈ ਦੇ ਹੋਣ ਡਈ ਹੈ, ਪਾਣੀ ਤੱਕ ਨਹੀਂ ਇੱਥੇ ਕੋਈ ਪੁੱਛਣ ਡਿਆ ਵੀ ਅਸੀਂ ਸਾਡੀ ਕੋਈ ਸੁਣਾਈ ਨਹੀਂ ਹੁੰਦੀ। ਦੱਸੋ ਅਸੀਂ ਕਿੱਥੇ ਜਾਈਏ? ਸਾਡੇ ਨਜਾਇਜ਼ ਪਸਾਰ ਤੇ ਸਾਡੇ ਮੁੰਡੇ ਆ ਜਿਹੜੇ ਸਾਡੇ ਨਜਾਇਜ਼ ਪਸਾਰ 2016 ਦੇ ਸਾਡੇ 2016 ਦੇ ਹੀ ਬੈਠ ਪਏ ਆ। ਇਹ ਮੇਰਾ ਮਕਾਨ ਖੋਣਾ ਚਾਹੁੰਦੇ ਆ, ਮੈਨੂੰ ਬਹੁਤ ਪਰੇਸ਼ਾਨ ਕਰਦੇ ਆ ਔਰ ਬਹੁਤ ਮੇਰਾ ਬੁਰਾ ਹਾਲ ਕੀਤਾ। ਜਿਹੜੀ ਹਾਊਸਿੰਗ ਬੋਰਡ ਕਲੋਨੀ ਪਿੰਡ ਸੰਜੀਤ ਐਵਨ ਦੇ ਨਾਲ ਉੱਥੇ ਝਗੜਾ ਹੋਇਆ ਸੀਗਾ ਦੋ ਪਾਰਟੀਆਂ ਦਾ, ਉਹਦੇ ਵਿੱਚ ਅਸੀਂ ਕ੍ਰੋਸ ਕੇਸ ਰਜਿਸਟਰਡ ਕੀਤੇ ਆ। ਇੱਕ ਮੁਕੱਦਮਾ ਜਿਹੜਾ 23 ਨੰਬਰ ਆ, ਡੇਟਡ 25/7/18, ਇਹ ਅਮਨਦੀਪ ਕੌਰ ਵੱਲੋਂ ਹੈ ਰਜਿਸਟਰਡ ਦੂਸਰੀ ਪਾਰਟੀ ਦੇ ਖਿਲਾਫ, ਔਰ ਇਸ ਤਰ੍ਹਾਂ ਹੀ ਇਹ ਥਾਣੇ ਰਣਜੀਤ ਐਵਨ 'ਚ ਦਰਜ ਹੈ। ਔਰ ਇਸ ਤਰ੍ਹਾਂ ਹੀ ਇੱਕ ਮੁਕੱਦਮਾ ਹੈਗਾ, ਉਹ 26 ਨੰਬਰ 18 ਇਸ ਸਾਲ ਦਾ, ਉਹ ਦੂਸਰੀ ਪਾਰਟੀ ਜਿਹੜੀ ਹੈ ਲੱਕੀ ਉਹਨਾਂ ਵੱਲੋਂ ਅਮਨਦੀਪ ਕੌਰ ਪਾਰਟੀ ਜਿਹੜਾ ਉਹ ਰਜਿਸਟਰਡ ਆ, ਉਹ ਹੈਗਾ ਰਜਿਸਟਰ ਥਾਣਾ ਮਜੀਠਾ ਦਾ। ਔਰ ਇਹਨਾਂ ਦੋਵਾਂ ਦੀ ਤਫਤੀਸ਼ ਜਿਹੜੀ ਆ ਉੱਥੇ IO ਕਰ ਰਹੇ ਆ। ਮੇਰੇ ਵੱਲੋਂ ਦੋਨੋਂ SHO ਨੂੰ ਜਿਹੜੀ ਹੈ ਲਿਖਤੀ ਹਦਾਇਤ ਕੀਤੀ, ਇਹਦੇ ਵਿੱਚ ਉਹ ਆਪ ਮੌਕਿਤ ਕਰਕੇ ਜੋ ਵੀ ਸਹੀ ਹਾਲਾਤ ਉਹਦੇ ਮੁਤਾਬਕ ਕਾਰਵਾਈ ਕਰ। ਪਾਰਟੀਆਂ ਮੁੱਢਲਾ ਫਰਜ਼ ਬਣਦਾ ਵਾ, ਜਦੋਂ ਕੋਈ ਕੰਪਲੇਨੈਂਟ ਆਉਂਦਾ ਔਰ ਉਹਨੂੰ ਇੰਜਰੀ ਹੁੰਦੀ ਆ ਉੱਥੇ ਕਾਰਵਾਈ ਕਰੇ, ਅਤੇ ਉਸੇ ਤਹਿਤ ਦੀ ਕਾਰਵਾਈ ਕਰਦੇ ਹੋਏ ਜਿਹੜਾ FIR ਹੋ ਗਈਆਂ ਨੇ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਚੱਲ ਰਹੀ ਆ। ਇਨਵੈਸਟੀਗੇਸ਼ਨ ਮੈਂ ਵੀ ਵੇਖ ਰਿਹਾ, ਮੈਂ ਖੁਦ ਵੀ ਮੌਕੇ 'ਤੇ ਜਾ ਗਿਆ। ਕੇਸ ਨਹੀਂ ਹੈਗਾ SHO, ਜੇ ਕੇਸ ਹੈਗਾ ਤਾਂ ਹੈਗਾ ਹੀ ਹੈ, ਚਾਹੇ SHO ਨੇ ਕਿਉਂ ਕਿਹਾ ਹੋਏਗਾ ਕਿ ਨਹੀਂ ਹੈਗਾ। ਦਰਜਾ FIR ਦਰਜਾ, ਮੈਂ ਤੁਹਾਨੂੰ FIR ਨੰਬਰ ਦੱਸ ਦਿੱਤਾ। ਅੰਮ੍ਰਿਤਸਰ ਤੋਂ ਰਣਦੀਪ ਅਰੋੜਾ ਦੀ ਖਾਸ ਰਿਪੋਰਟ।